ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰੀਕ ਸਿੰਘ। ਅੱਜ ਦੀ ਨਵੀਂ ਵੀਡੀਓ ਵਿੱਚ ਆਪ ਦਾ ਸਵਾਗਤ ਕਰਦਾ ਹਾਂ। ਅਤੇ ਅੱਜ ਮੈਂ ਪਹੁੰਚਿਆ ਸੀਗਾ ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਦੇ ਵਿੱਚ। ਸੋ ਅੱਜ ਦੂਜਾ ਦਿਨ ਆ ਘੋੜਿਆਂ ਦਾ, ਘੋੜਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਸੋ ਰਿਜ਼ਲਟ ਆ ਗਿਆ, ਜੋ ਤੀਜੇ ਨੰਬਰ 'ਤੇ ਘੋੜਾ ਆਇਆ ਗਾ ਉਹ 111 ਨੰਬਰ ਵੀਰ ਕਲਾਂ ਪਿੰਡ ਆ ਵੀਰ ਦਾ। ਇਹ ਘੋੜਾ 3 ਨੰਬਰ 'ਤੇ ਆਇਆ ਗਾ, ਮੁਗਲੇ ਘੋੜੇ ਦੇ ਵਿੱਚ ਪੋਜੀਸ਼ਨ ਹਾਸਲ ਕੀਤੀ ਹੈ। ਸੋ ਪਹਿਲੀ ਵਾਰ ਮੁਕਾਬਲੇ ਹੋਏ ਨੇਗੇ ਪਿੰਡ ਲੌਂਗਵਾਲ ਦੇ ਵਿੱਚ, ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਗਾ। ਇੱਥੇ ਦੋਸਤੋ ਇਹਦੀ ਆਪਾਂ ਪੂਰੀ ਜਾਣਕਾਰੀ ਵੀ ਲਵਾਂਗੇ ਵੀਰ ਤੋਂ। ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਨਾਮ ਵੀਰ ਦਾ? ਮੇਰਾ ਨਾਮ ਨੱਖਾ ਵੀਰ। ਵਧਾਈਆਂ ਬਾਈ ਤੁਹਾਨੂੰ, ਬਹੁਤ ਬਹੁਤ ਮੁਬਾਰਕ ਜੀ ਤੁਹਾਨੂੰ ਵੀ ਵੀਰੇ ਆਉਣ 'ਤੇ। ਕਿਹੜਾ ਪਿੰਡ ਆ ਬਾਈ ਦਾ? ਮੇਰਾ ਨਾਮ ਵੀ ਆਪਣਾ ਵੀਰ ਕਲਾਂ ਤੋਂ ਹੀ ਆਪਾਂ, ਮੇਰਾ ਨਾਮ ਲੱਖਾ ਸਿੰਘ। ਠੀਕ ਹੈ, ਕਿਹੜੀ ਲਾਈਨ ਦਾ ਘੋੜਾ ਇਹ? ਨੌਕਰਿਆਂ 'ਚ ਆ ਗਿਆ ਜੀ ਇਹ। ਇਹ ਬਾਕਰਪੁਰਾ ਨੂਰੇ ਦਾ ਬੱਚਾ ਜੀ ਇਹ ਟਰੈਕਟਰ। ਠੀਕ ਹੈ, ਕਿੰਨੀ ਕੁ ਉਮਰ ਦਾ? ਇਹ ਹੁਣ 2.5 ਸਾਲ ਦਾ ਜੀ, ਦੋ ਦੰਦ 'ਚ, ਦੋ ਦੰਦ ਕੈਟਾਗਰੀ 'ਚ ਪਾਇਆ ਸੀ। ਕਿੰਨੀ ਹਾਈਟ ਆ ਜੀ ਇਹਦੀ? ਹੁਣ ਇਸ ਵਕਤ 63 ਇੰਚ ਹਾਈਟ ਆ ਜੀ। ਠੀਕ ਹੈ ਬਾਈ, ਓਕੇ ਭਰਾ, ਠੀਕ ਹੈ, ਧੰਨਵਾਦ। ਸੋ ਜੋ ਦੂਜੇ ਨੰਬਰ 'ਤੇ ਆਇਆ ਦੋਸਤੋ, ਉਹ ਘੋੜੇ ਨੇ ਤੁਹਾਨੂੰ ਮਲਾਉਣੇ ਆਗੇ। 113 ਨੰਬਰ ਟੋਕਨ ਨੰਬਰ ਹੈਗਾ, ਇਹ ਘੋੜਾ ਦੂਜੇ ਨੰਬਰ 'ਤੇ ਆਇਆ। ਕਿਰਪਾਲ ਸਿੰਘ ਨਾਮ ਵੀਰ ਦਾ, ਜਿਹਦਾ ਘੋੜਾ ਕਿਰਪਾਲ ਸਿੰਘ, ਜਿਹੜਾ ਘੋੜਾ ਸਾਡੇ ਵੀਰ ਦੂਜੀ ਪੋਜੀਸ਼ਨ 'ਤੇ ਆਇਆ ਘੋੜਾ, ਬਹੁਤ ਹੀ ਸ਼ਾਨਦਾਰ ਘੋੜਾ। ਸੋ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਸਾਡੇ ਵੀਰ ਸਨਮਾਨ ਘੋੜੇ ਬਣਤਰ ਹੈ, ਬਹੁਤ ਸ਼ਾਨਦਾਰ ਹੈ ਤੇ ਮੈਡਲ ਤੇ ਹਾਰ ਪਾ ਕੇ। ਸਾਰੇ ਵੀਰ ਤਾੜੀਆਂ ਦੇ ਨਾਲ ਸਵਾਗਤ ਕਰੋ, ਬਹੁਤ ਹੀ ਸ਼ਾਨਦਾਰ ਘੋੜਾ ਸਾਡੇ ਬੋਲੋ ਜੀ ਅਗਲਾ। ਸੋ ਦੋਸਤੋ, ਜੋ ਪਹਿਲੇ ਨੰਬਰ 'ਤੇ ਘੋੜਾ ਆਇਆ ਗਾ, ਚਲੋ ਜੀ ਆ ਜਾਓ, 130 ਨੰਬਰ ਘੋੜੇ ਦਾ ਨਾਮ ਆ ਗਾਂਧੀ। ਹਾਂਜੀ, ਕਰਾਊਡ ਮਾਲਕ ਦਾ ਨਾਮ ਹੈ ਗਾਜੇਵਾਸ ਪਿੰਡ ਤੋਂ ਹੀ ਘੋੜਾ ਪਹਿਲੇ ਨੰਬਰ ਦੇ ਉੱਤੇ ਫਾਸਟ ਪੋਜੀਸ਼ਨ ਹਾਸਲ ਕੀਤੀ ਅੱਜ ਇਸ ਪ੍ਰਤੀਯੋਗਤਾ ਦੀ। ਪਹਿਲੇ ਨੰਬਰ ਤੇ ਆਇਆ ਦੋਸਤੋ ਇਹ ਘੋੜਾ, ਪਹਿਲੀ ਪੋਜੀਸ਼ਨ ਘੋੜੇ ਨੇ। ਗਾਂਧੀ ਘੋੜਾ ਜਿਹੜਾ ਲੌਂਗੋਵਾਲ ਦਾ ਮੇਲਾ ਲੁੱਟ ਗਿਆ ਮੇਰੇ ਵੀਰੋ, ਖਰਾਉਡ ਮੇਲਾ ਘੋੜਾ ਸਾਡੇ ਦਾ ਗਾਜੇਵਾਸ ਪਿੰਡ ਹੈ, ਸੁਰਵਿੰਦਰ ਲੋਪੋ ਜੀ ਤੇ ਸਾਡੇ ਜੱਸ ਸਾਹਿਬਾਨ ਤੇ ਸਾਡੇ ਰੰਧਾਵਾ ਟ੍ਰੇਡਿੰਗ ਕੰਪਨੀ ਦੇ ਓਨਰ ਸਾਹਿਬਾਨ ਡਾਕਟਰ ਕਰਮਜੀਤ ਸਿੰਘ ਜੀ। ਦੋਸਤੋ ਜਿਹੜਾ ਦੂਜੇ ਨੰਬਰ ਤੇ ਘੋੜਾ ਆਇਆ ਸੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ। ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕਰਦੇ ਹੋਏ ਆ ਬਾਈ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਵੀਰੇ? ਸ਼ਾਨਦਾਰ ਜਿਹੜਾ ਅੱਜ ਦਾ ਕਿਹੜਾ ਪਿੰਡ ਹੈਗਾ? ਠੀਕ ਹੈ, ਕਿਹੜੀ ਲੈਣ ਦਾ ਘੋੜਾ ਠੀਕ ਹੈ? ਠੀਕ ਹੈ, ਕਿੰਨੀ ਉਮਰ ਆ ਗਈ? 22 ਮਹੀਨੇ ਦਾ। ਠੀਕ ਹੈ, ਕਿੰਨੀ ਹਾਈਟ ਹੋਊਗੀ? ਹਾਈਟ ਕਿੰਨੀ ਹੋਊਗੀ? 63 ਇੰਚ ਦਾ ਜੀ। ਠੀਕ ਹੈ, ਸੋ ਦੋਸਤੋ ਇਹ ਘੋੜਾ ਆ ਦੂਜੇ ਨੰਬਰ ਤੇ,
ਸੋ ਜੋ ਪਹਿਲੇ ਨੰਬਰ ਤੇ ਆਏਗਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਇਹ ਕਿਹੜਾ ਪਿੰਡ ਆ ਵੀਰ ਦਾ ਸੋ ਦੋਸਤੋ ਇਹ ਘੋੜਾ ਹੈ ਪਹਿਲੇ ਨੰਬਰ ਤੇ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਖਰੌੜ ਸਿੰਘ ਜੀ ਕਿਹੜਾ ਪਿੰਡ ਹੈਗਾ ਗਾਜੇਵਾਲ ਜੀ ਠੀਕ ਹੈ ਕੀ ਨਾਮ ਆ ਘੋੜੇ ਦਾ ਗਾਂਧੀ ਜੀ ਅੱਛਾ ਕਿੰਨੀ ਹੈਟ ਹੈ ਇਹਦੀ ਹੈਟ ਹੈਗੇ 63 ਇੰਚ ਕਿੰਨੀ ਉਮਰ ਦਾ ਹੋਊਗਾ ਇਹ ਤਿੰਨ ਸਾਲਾਂ ਦਾ ਹੋਊਗਾ ਠੀਕ ਹੈ ਤੇ ਹੋਰ ਆਪਣੇ ਕੋਲ ਕਿੰਨੇ ਕੁ ਜਾਨਵਰ ਨੇ ਆਪਣੇ ਕੋਲ ਜੀ ਇੱਕ ਅਲੀ ਕਾਉਂਟਰ ਦੀ ਬਛੇਰੀ ਹੈ ਜੀ ਠੀਕ ਹੈ ਜੀ ਇਹ ਪਹਿਲੀ ਵਾਰ ਪਾਇਆ ਆਪਣੇ ਕਬੀਰ ਸਿੰਘ ਨੇ ਪਹਿਲੇ ਪਾਇਆ ਦੂਜੀ ਵਾਰ ਪਾਇਆ ਜੀ ਸ਼ੋਅ ਦੇ ਵਿੱਚ ਬਾਬੇ ਬਟਾਲੇ ਸ਼ੋਅ ਚ ਨੰਬਰ ਨੰਬਰ ਤੇ ਆਇਆ ਸੀ ਜੀ ਨੰਬਰ 10ਵੇਂ ਨੰਬਰ ਤੇ ਜੀ ਮੇਰੇ ਯਾਦ ਨਹੀਂ ਹੈਗਾ ਠੀਕ ਹੈ ਜੀ 10ਵੇਂ ਨੰਬਰ ਤੇ ਆਇਆ ਸੀ ਸੋ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਆਇਆ ਹੈਗਾ ਸਿਰਾ ਇੱਧਰ ਅੱਛੇ ਗਾਂਧੀ ਹੈ ਜੀ ਗਾਂਧੀ ਇਹਦਾ ਨਾਮ ਗਾਂਧੀ ਨਾਮ ਆਗਾ ਠੀਕ ਹੈ ਜੀ ਇਹ ਆਪਣੇ ਉਸਤਾਦ ਜੀ ਨੇ ਜੀ ਅੱਛਾ ਜੀ ਕੀ ਨਾਮ ਤੁਹਾਡਾ ਜੀ ਲਾਭ ਸਿੰਘ ਹੈ ਰੋਡਵੇਜ਼ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਉੱਪਰ ਪਰਮਾਤਮਾ ਸਭ ਠੀਕ ਹੈ ਹਾਂ ਜੀ ਸੋ ਦੋਸਤੋ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਰਹਿੰਦੀ ਤਾਂ ਦੱਸ ਦਿਓ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸੁਧਾਰ ਕਰਾਂਗੇ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ